ਕੂੜਾ ਪ੍ਰਚਾਰ ਦੱਸਦਾ ਆ, ਸਾਡੇ ਤਸੀਹ ਲੋਕਾਂ ਨੂੰ ਕੂੜਾ ਕਰਕਟ ਦੱਸਦਾ ਆ। ਇਸ ਲਈ ਅਸੀਂ ਸਾਰੇ ਲੋਕ ਜੋ ਲੋਕ ਇੱਥੇ ਇਕੱਠੇ ਹੋਏ ਆ, ਅਸੀਂ ਇਸ ਦੇ ਇਸ ਗੁਰਪ੍ਰੀਤ ਸਿੰਘ ਕੈਲੀਫੋਰਨੀਆ ਜੋ ਕਿ ਉੱਥੇ ਕੂੜਾ ਪ੍ਰਚਾਰ ਕਰਦਾ ਸੀ, ਇਸ ਦੇ ਵਿਰੋਧ ਦੇ ਵਿੱਚ ਹਾਂ। ਅਸੀਂ ਜਿਹੜਾ ਸਾਡਾ ਸੀ ਐਮ ਹੈ ਭਗਵੰਤ ਮਾਨ, ਉਹਨਾਂ ਨੂੰ ਰਿਕੁਐਸਟ ਕਰਦੇ ਹਾਂ ਇਸ ਦੇ ਉੱਤੇ ਜਲਦੀ ਤੋਂ ਜਲਦੀ ਕਾਰਵਾਈ ਕੀਤੀ ਜਾਵੇ, ਕਿਉਂਕਿ ਇਹ ਕ੍ਰਿਸ਼ਚੀਅਨਿਟੀ ਤੇ ਸਿੱਖਿਜ਼ਮ ਦੇ ਵਿੱਚ ਬਹੁਤ ਜ਼ਿਆਦਾ ਦਰਾਰ ਪਾਉਣ ਦੀ ਕੋਸ਼ਿਸ਼ ਕਰ ਰਿਹਾ। ਜੋ ਨਹੀਂ ਇਹਨਾਂ ਆਪਣੀਆਂ ਟਿੱਕੀਆਂ ਤੋਂ ਆਪਣੀਆਂ ਗਤੀਵਿਧੀਆਂ ਤੋਂ ਹਟਦਾ, ਅਤੇ ਅਸੀਂ ਇੱਥੇ ਅਮੈਰੀਕਾ ਗੌਰਮੈਂਟ ਦੀ ਅਸੀਂ ਹੈਲਪ ਲਵਾਂਗੇ ਤਾਂ ਕਿ ਉਹਦੇ ਬਾਰੇ ਪਤਾ ਕੀਤਾ ਜਾਵੇ ਕਿ ਉਹ ਇੱਦਾਂ ਕਿਉਂ ਕਰਦਾ ਹੈ। ਗੁਰਪ੍ਰੀਤ ਜੀ ਉਹ ਇੱਥੇ ਜਾ ਕੇ ਬਹੁਤ ਸਾਰੇ ਦਾਸਾਂ ਉੱਤੇ ਇਲਜ਼ਾਮ ਲਗਾ ਰਹੇ ਆ ਕਿ ਉਹ ਪਖੰਡਬਾਜ਼ੀਆਂ ਕਰ ਰਹੇ ਆ, ਬਹੁਤ ਸਾਰੀਆਂ ਉਲਝੂਲ ਬਾਤਾਂ ਕਰ ਰਹੇ ਆ ਜਿਹੜੀਆਂ ਕਿ ਉਹ ਕ੍ਰਿਸਚੈਨਿਟੀ ਦੇ ਖਿਲਾਫ ਆ। ਅਸੀਂ ਉਹਨਾਂ ਦੇ ਵੀ ਅੱਜ ਇਕੱਠੇ ਹੋਏ ਹਾਂ ਇੱਥੇ, ਇਹ ਇੰਡੀਅਨ ਐਮਬੈਸੀ ਆ ਸਨ ਫਰਾਂਸਿਸਕੋ, ਅਸੀਂ ਇਹ ਗੱਲਾਂ ਨੂੰ ਬਰਦਾਸ਼ਤ ਨਹੀਂ ਕਰਦੇ ਹੋਏ। ਵਿਸ਼ਵ ਵਿੱਚ ਸਾਰੇ ਵਾਸਤੇ ਸਾਡੇ ਤਸੀਹ ਭਾਈ ਭੈਣਾਂ ਨੂੰ ਜੈਮਸੀ ਕੀ, ਅੱਜ ਅਸੀਂ ਇੱਥੇ ਸੈਨ ਫਰਾਂਸਿਸਕੋ ਅਮੈਰੀਕਾ ਇੰਡੀਅਨ ਐਮਬੈਸੀ ਦੇ ਮੋਹਰੇ ਇਕੱਠੇ ਹੋਏ ਹਾਂ ਸਾਰੇ ਤਸੀਹ ਭੈਣ ਭਰਾ। ਅਸੀਂ ਅੱਜ ਇਸ ਲਈ ਇੱਥੇ ਇਕੱਠੇ ਹੋਏ ਹਾਂ ਕਿਉਂਕਿ ਗੁਰਪ੍ਰੀਤ ਸਿੰਘ ਇੱਥੋਂ ਅਮੈਰੀਕਾ ਤੋਂ ਇੰਡੀਆ ਜਾ ਕੇ ਇੱਕ ਸਿੱਖ ਪ੍ਰਚਾਰਕ ਆ ਜੋ ਕਿ ਕ੍ਰਿਸਚੈਨਿਟੀ ਦੇ ਖਿਲਾਫ, ਸਾਡੇ ਪਰਮੇਸ਼ਵਰ ਦੇ ਦਾਸ ਅਪੋਸਟਲ ਰਕੂ ਨੂਰਾ ਜੀ ਦੇ ਖਿਲਾਫ ਭੱਦੀ ਸ਼ਬਦਾਵਲੀ ਵਰਤ ਰਿਹਾ। ਅਸੀਂ ਇਸ ਦੀ ਕੜੇ ਤੋਂ ਕੜੇ ਸ਼ਬਦਾਂ ਦੀ ਉਹਦੀ ਨਿੰਦਾ ਕਰਦੇ ਹਾਂ ਕਿਉਂਕਿ ਉਹ ਸਾਡੀ ਬਾਈਬਲ ਦੇ ਪ੍ਰਚਾਰ ਨੂੰ ਬਹੁਤ ਜ਼ਿਆਦਾ ਕੂੜ ਪ੍ਰਚਾਰ ਦੱਸਦਾ ਆ, ਸਾਡੇ ਤਸੀਹ ਲੋਕਾਂ ਨੂੰ ਕੂੜਾ ਕਰਕਟ ਦੱਸਦਾ ਆ। ਇਸ ਲਈ ਅਸੀਂ ਸਾਰੇ ਲੋਕ ਜੋ ਲੋਕ ਇੱਥੇ ਇਕੱਠੇ ਹੋਏ ਆ, ਅਸੀਂ ਇਸ ਦੇ ਇਸ ਗੁਰਪ੍ਰੀਤ ਸਿੰਘ ਕੈਲੀਫੋਰਨੀਆ ਜੋ ਕਿ ਉੱਥੇ ਕੂੜ ਪ੍ਰਚਾਰ ਕਰਦਾ ਸੀ, ਇਸ ਦੇ ਵਿਰੋਧ ਦੇ ਵਿੱਚ ਹਾਂ। ਅਸੀਂ ਜਿਹੜਾ ਸਾਡਾ ਸੀ ਐਮ ਹੈ ਭਗਵੰਤ ਮਾਨ, ਉਹਨਾਂ ਨੂੰ ਰਿਕੁਐਸਟ ਕਰਦੇ ਹਾਂ ਇਸ ਦੇ ਉੱਤੇ ਜਲਦੀ ਤੋਂ ਜਲਦੀ ਕਾਰਵਾਈ ਕੀਤੀ ਜਾਵੇ, ਕਿਉਂਕਿ ਇਹ ਕ੍ਰਿਸਚੈਨਿਟੀ ਤੇ ਸਿੱਖਿਜ਼ਮ ਦੇ ਵਿੱਚ ਬਹੁਤ ਜ਼ਿਆਦਾ ਦਰਾਰ ਪਾਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਅਸੀਂ ਇੱਥੇ ਯੂ ਐਸ ਦੇ ਵਿੱਚ ਕ੍ਰਿਸਚੈਨਿਟੀ ਅਤੇ ਸਿੱਖੀਜ਼ਮ ਇਕੱਠੇ ਹੋ ਕੇ ਰਹਿੰਦੇ ਹਾਂ, ਪਰ ਇਹ ਇੰਡੀਆ ਦੇ ਵਿੱਚ ਜਾ ਕੇ ਉਹਨਾਂ ਨੂੰ ਵੱਖ ਵੱਖ ਕਰਕੇ ਲੜਾਉਣਾ ਚਾਹੁੰਦਾ ਆ। ਅਸੀਂ ਇਸ ਦੀ ਸਭ ਤੋਂ ਸਖ਼ਤ ਨਿੰਦਾ ਕਰਦੇ ਹਾਂ। ਅਗਰ ਇਹ ਆਪਣੇ ਕੰਮਾਂ ਤੋਂ ਬਾਅਦ ਨਾ ਆਇਆ, ਅਸੀਂ ਇਹਦੀ ਇੱਥੇ ਪਟੀਸ਼ਨ ਪਾ ਕੇ ਇਹਨੂੰ ਵੈਰੀਫਾਈ ਕਰਾਂਗੇ ਕਿ ਇਹਦੇ ਪਿੱਛੇ ਕਿਹੜੀਆਂ ਤਾਕਤਾਂ ਹਨ। ਇਸ ਲਈ ਅਸੀਂ ਇਹਨੂੰ ਵਾਰਨਿੰਗ ਦਿੰਦੇ ਹਾਂ, ਇਹ ਆਪਣੇ ਕੰਮਾਂ ਤੋਂ ਬਾਅਦ ਆ ਜਾਵੇ, ਨਹੀਂ ਤਾਂ ਯੂਐਸ ਗੌਰਮੈਂਟ ਅਤੇ ਇੰਡੀਅਨ ਗੌਰਮੈਂਟ ਇਹਦਾ ਫੈਸਲਾ ਲਊਗੀ ਕਿ ਕੀ ਇਹਦਾ ਕੀਤਾ ਜਾਵੇ। ਅਸੀਂ ਇਹਦੀ ਕੜੇ ਤੋਂ ਕੜੇ ਸ਼ਬਦ ਨਿੰਦਾ ਕਰਦੇ ਹਾਂ, ਯਿਸੂ ਮਸੀਹ ਦੇ ਨਾਮ ਵਿੱਚ ਸੁਣਦੇ ਹਾਂ, ਆਮੀਨ, ਹਾਲੇਲੂਇਆ। ਅਸੀਂ ਅੱਜ ਇੱਥੇ ਸਾਰੇ ਇਕੱਠੇ ਹੋਏ ਸਨ ਫਰਾਂਸਿਸਕੋ ਦੇ ਵਿੱਚ, ਕੈਲੀਫੋਰਨੀਆ ਅਮੈਰੀਕਾ ਦੇ ਵਿੱਚ ਅਸੀਂ ਬੋਲਦੇ ਹਾਂ। ਅਸੀਂ ਇਸ ਕਰਕੇ ਇਕੱਠੇ ਹੋਏ ਹਾਂ ਕਿ ਇੱਕ ਸਾਡਾ ਭਰਾ ਇੱਥੋਂ ਗੁਰਪ੍ਰੀਤ ਸਿੰਘ ਉਦਾਸੀ ਜਿਹੜਾ ਆ ਉਹ ਇੱਥੋਂ ਯੂਐਸਏ ਦਾ ਸਿਟੀਜ਼ਨ ਆ ਔਰ ਉੱਥੇ ਇੰਡੀਆ ਦੇ ਵਿੱਚ ਪੰਜਾਬ ਦੇ ਵਿੱਚ ਗਿਆ ਹੋਇਆ, ਔਰ ਉਹ ਸਾਡੇ ਭੈਣ ਭਰਾਵਾਂ ਦੇ ਬਹੁਤ ਹੀ ਜ਼ਿਆਦਾ ਜਿੱਦਾਂ ਖਿਲਾਫ਼ ਬੋਲਦਾ ਆ, ਮਿਨਿਸਟਰੀਆਂ ਦੇ ਖਿਲਾਫ਼ ਬੋਲਦਾ ਆ ਔਰ ਪ੍ਰਭੂ ਦੇ ਦਾਸਾਂ ਦੇ ਖਿਲਾਫ਼ ਬੋਲਦਾ ਆ। ਅਸੀਂ ਇੱਥੇ ਸਾਰੇ ਇਕੱਠੇ ਹੋਏ ਹਾਂ ਘਟੋਨਾ ਮਿਨਿਸਟਰੀ ਦੇ, ਅਸੀਂ ਸੇਵਾਦਾਰ ਹਾਂ ਉਹਨਾਂ ਦੇ ਅਤੇ ਅਸੀਂ ਬ੍ਰਾਂਚ ਉਹਨਾਂ ਦੀ ਚਲਾਉਂਦੇ ਹਾਂ ਕਮਲਾ ਚੱਕੀ ਘਟੋਂ ਅਤੇ, ਪਰ ਉਹ ਸਾਡੇ ਸਾਰੇ ਭੈਣ ਭਰਾਵਾਂ ਦੇ ਖਿਲਾਫ਼ ਬੋਲਦਾ, ਅਸੀਂ ਇਹਦਾ ਰੀਜ਼ਨ ਦਾ ਕਰਕੇ ਇੱਥੇ ਇਕੱਠੇ ਹੋਏ ਹਾਂ। ਉਹ ਭਰਾ ਇੱਥੇ ਯੂਐਸਏ ਸਿਟੀਜ਼ਨ ਆ ਪਰ ਉਹਨੇ ਇੱਥੇ ਸੈਲਮ ਲਈ ਆ ਅਤੇ ਜੋ ਵੀ ਆ ਸਾਨੂੰ ਨਹੀਂ ਪਤਾ, ਪਰ ਅਸੀਂ ਇਹ ਮੰਗ ਕਰਦੇ ਹਾਂ ਇੰਡੀਆ ਗੌਰਮੈਂਟ ਦੇ ਕੋਲੋਂ ਕਿ ਉਹਦੀ ਤਫਤੀਸ਼ ਕੀਤੀ ਜਾਵੇ ਔਰ ਉਹਦੀ ਚੈੱਕਅਪ ਕੀਤੀ ਜਾਵੇ ਕਿ ਉਹਦਾ ਕੀ ਕਾਰਨ ਆ, ਔਰ ਅਸੀਂ ਇਹ ਵਾਰਨਿੰਗ ਦੇਣਾ ਚਾਹੁੰਦੇ ਹਾਂ ਉਸ ਭਰਾ ਨੂੰ, ਔਰ ਅਸੀਂ ਉਹਨੂੰ ਦੱਸਣਾ ਚਾਹੁੰਦੇ ਹਾਂ ਕਿ ਅਗਰ ਜੋ ਨਹੀਂ ਇਹਨਾਂ ਆਪਣੀਆਂ ਟਿੱਕੀਆਂ ਤੋਂ ਆਪਣੀਆਂ ਗਤੀਵਿਧੀਆਂ ਤੋਂ ਹਟਦਾ, ਅਤੇ ਅਸੀਂ ਇੱਥੇ ਅਮੈਰੀਕਾ ਗੌਰਮੈਂਟ ਦੀ ਅਸੀਂ ਹੈਲਪ ਲਵਾਂਗੇ ਤਾਂ ਕਿ ਉਹਦੇ ਬਾਰੇ ਪਤਾ ਕੀਤਾ ਜਾਵੇ ਕਿ ਉਹ ਇੱਦਾਂ ਕਿਉਂ ਕਰਦਾ ਹੈ। ਅਤੇ ਸਾਰਿਆਂ ਨੂੰ ਜੈ ਮਸੀਹ ਦੀ, ਹਾਲੇਲੂਇਆ, 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 ਹਾਲੇਲੂਇਆ।
ਮੈਂ ਦੱਸਣਾ ਚਾਹੁੰਦਾ ਹਾਲੇਲੂਇਆ ਹਾਲੇਲੂਇਆ ਮੈਂ ਦੱਸਣਾ ਚਾਹੁੰਦਾ ਹਾਂ ਕਿ ਅਸੀਂ ਪੂਰੇ ਪੰਜਾਬ ਦੇ ਮਸੀਹ ਭਾਈਚਾਰੇ ਦੇ ਨਾਲ ਹਾਂ ਸਾਡੀ ਪੂਰੀ ਟੀਮ ਸਾਡੇ ਪੂਰਾ ਕ੍ਰਿਸਚਨ ਭਾਈਚਾਰਾ ਅਸੀਂ ਇੱਥੇ ਇੰਡੀਆ ਨਾਲ ਬਾਹਰ ਖੜ੍ਹੇ ਹਾਂ ਅੱਜ ਅਸੀਂ ਸਾਰੇ ਅਸੀਂ ਪੂਰੇ ਕ੍ਰਿਸਚਨ ਭਾਈਚਾਰੇ ਦੇ ਨਾਲ ਹਾਂ ਤਾਂ ਅਸੀਂ ਵਾਰਨਿੰਗ ਦਿੰਦੇ ਹਾਂ ਉਸ ਸਾਡੇ ਸਾਡੇ ਭਰਾ ਨੂੰ ਕਿ ਜੇ ਉਹ ਆਪਣੀ ਗਤੀਵਿਧੀਆਂ ਤੋਂ ਨਹੀਂ ਹਟਿਆ ਤਾਂ ਅਸੀਂ ਫਿਰ ਉਹਦੇ 'ਤੇ ਲੀਗਲ ਐਕਸ਼ਨ ਲਵਾਂਗੇ ਅਸੀਂ ਪਟੀਸ਼ਨ ਪਾਵਾਂਗੇ ਰਲ ਕੇ ਇਹ ਸਾਡੀ ਵਾਰਨਿੰਗ ਆ ਉਹਦੇ ਲਈ ਕਿ ਉਹ ਆਪਣੀਆਂ ਸਾਰੀਆਂ ਜੋ ਵੀ ਉਹ ਕਰਦਾ ਪਿਆ ਵਾ ਉਹ ਤੋਂ ਬਾਜ ਆਵੇ ਅਤੇ ਇਹ ਸਾਰੇ ਕੰਮਾਂ ਨੂੰ ਰੋਕ ਦੇਵੇ ਸੋ ਜੇ ਉਹ ਨਹੀਂ ਹਟਿਆ ਤਾਂ ਫਿਰ ਅਸੀਂ ਸਾਰਿਆਂ ਨੇ ਰਲ ਕੇ ਉਹਦੇ ਖਿਲਾਫ ਪਟੀਸ਼ਨ ਪਾਵਾਂਗੇ ਹਾਲੇਲੂਇਆ ਹਾਲੇਲੂਇਆ ਸਾਰੇ ਜੈਮਸੀ ਥੈਂਕਸ ਆਲ ਹਾਲੇਲੂਇਆ ਹਾਲੇਲੂਇਆ ਅਸੀਂ ਇਸ ਟਾਈਮ ਸੈਨ ਫਰਾਂਸਿਸਕੋ ਕੈਲੀਫੋਰਨੀਆ ਤੋਂ ਬੋਲ ਰਹੇ ਹਾਂ ਅਸੀਂ ਸਾਰੇ ਇਕੱਠੇ ਹੋਏ ਹਾਂ ਕਿਉਂਕਿ ਅਸੀਂ ਆਪਣੇ ਜਿਹੜੇ ਪੰਜਾਬ ਦੇ ਵਿੱਚ ਸਾਡੇ ਭੈਣ ਭਰਾ ਨੇ ਅਸੀਂ ਉਹਨਾਂ ਦੇ ਨਾਲ ਯੂਨਿਟੀ ਦੇ ਲਈ ਖਲੋਤੇ ਹਾਂ ਇੱਥੇ ਮੈਂ ਸਾਰਿਆਂ ਨੂੰ ਇਹ ਗੱਲ ਕਹਿਣਾ ਚਾਹੁੰਦਾ ਵਾਂ ਜਿਹੜੇ ਲੋਕ ਉਹਨਾਂ ਜਿਹੜੇ ਲੋਕ ਲੜਾਈਆਂ ਵਾਸਤੇ ਉਹਨਾਂ ਦੇ ਨਾਲ ਲੱਗੇ ਆ ਅਤੇ ਸਾਡਾ ਪ੍ਰਭੂ ਯਿਸੂ ਮਸੀਹ ਜਿਹੜਾ ਸੀ ਅਮਨ ਦਾ ਬਾਦਸ਼ਾਹ ਸੀ ਅਸੀਂ ਲੋਕ ਕਿਸੇ ਦੇ ਖਿਲਾਫ ਨਹੀਂ ਆ ਨਾ ਸਾਡਾ ਕਿਸੇ ਦੇ ਧਰਮ ਨੂੰ ਟਾਰਗੇਟ ਕਰਨਾ ਨਾ ਕਿਸੇ ਦੇ ਧਰਮ ਦੇ ਬਾਰੇ ਉਂਗਲੀ ਚੁੱਕਣਾ ਹੈ ਲੇਕਿਨ ਅਸੀਂ ਉਹਨਾਂ ਲੋਕਾਂ ਨੂੰ ਦੱਸਣਾ ਚਾਹੁੰਦੇ ਹਾਂ ਕਿ ਤੁਸੀਂ ਸਾਡੇ ਧਰਮ ਦੇ ਉੱਤੇ ਠੀਕ ਹੈ ਤੁਸੀਂ ਸਾਡੇ ਧਰਮ ਨੂੰ ਫੇਕ ਕਹੋ ਪਖੰਡ ਕਹੋ ਠੀਕ ਹੈ ਇਹਦਾ ਹਥਿਆਰ ਤੁਹਾਨੂੰ ਕਿਸੇ ਨਹੀਂ ਦਿੱਤਾ ਠੀਕ ਹੈ ਸਾਡਾ ਧਰਮ ਵੀ ਅਸੀਂ ਆਪ ਵੇਖ ਲਾਂਗੇ ਠੀਕ ਹੈ ਪ੍ਰਭੂ ਯਿਸੂ ਮਸੀਹ ਨੇ ਸਾਨੂੰ ਪੀਸ ਲਵ ਦਾ ਪੈਗਾਮ ਦਿੱਤਾ ਅਸੀਂ ਉਹੀ ਲੈ ਕੇ ਅੱਜ ਇੱਥੇ ਇਕੱਠੇ ਹੋਏ ਹਾਂ ਅਤੇ ਮੇਰੀ ਸਾਰਿਆਂ ਨੂੰ ਬੇਨਤੀ ਹੈ ਜਿਹੜੇ ਲੋਕ ਉਹਨਾਂ ਨੂੰ ਸੁਣਦੇ ਆ ਜਿਹੜੇ ਲੋਕ ਲੜਾਈਆਂ ਉੱਥੇ ਚਾਹੁੰਦੇ ਆ ਕਿ ਪਲੀਜ਼ ਤੁਸੀਂ ਸਾਡੇ ਬਾਰੇ ਕੁਝ ਨਫ਼ਰਤ ਨਾ ਰਹੋ ਕਿਉਂਕਿ ਅਸੀਂ ਨਫ਼ਰਤ ਵਾਲੇ ਲੋਕ ਨਹੀਂ ਹਾਂ ਅਸੀਂ ਪੈਗਾਮ ਦਿੰਦੇ ਹਾਂ ਪਲੀਜ਼ ਦਾ ਅਮਨ ਦਾ ਅਤੇ ਅਸੀਂ ਆਪਣੇ ਸਾਰੇ ਕ੍ਰਿਸ਼ਨ ਭੈਣ ਭਰਾਵਾਂ ਦੇ ਨਾਲ ਅਸੀਂ ਖਲੋਤੇ ਹਾਂ ਉਹਨਾਂ ਦੀ ਆਵਾਜ਼ ਬਣ ਕੇ ਅਤੇ ਸਾਰਿਆਂ ਨੂੰ ਮੇਰੇ ਨੂੰ ਜੈ ਮਸੀਹ ਦੀ ਬਾਈਬਲ ਦੇ ਵਿੱਚੋਂ ਬਾਈਬਲ ਦਾ ਪ੍ਰਚਾਰ ਕਰਦੇ ਸੀ ਸਾਰੀ ਕ੍ਰਿਸਚੈਨਿਟੀ ਦੇ ਨਾਲ ਸਭ ਦਾ
ਤੇ ਅਸੀਂ ਯੂਨਿਟੀ ਵਿੱਚ ਆਉਂਦੇ ਹਾਂ, ਪਰ ਅਸੀਂ ਫਾਲਤੂ ਦੀਆਂ ਗੱਲਾਂ ਕਿਸੇ ਕੋਲੋਂ ਨਹੀਂ ਸੁਣਦੇ। ਅਸੀਂ ਆਪਣੇ ਸ਼ਾਂਤੀ ਦੇ ਵਿੱਚ ਹਾਂ, ਪ੍ਰੇਮ ਦੇ ਵਿੱਚ, ਅਤੇ ਆਪਣਾ ਕੰਮ ਕਰ ਰਹੇ ਹਾਂ। ਅਸੀਂ ਇਹੀ ਬ੍ਰਦਰ ਨੂੰ ਅਪੀਲ ਕਰਦੇ ਹਾਂ ਕਿ ਉਹ ਆਪਣੀ ਜੋ ਵੀ ਪੰਜਾਬ ਵਿੱਚ ਜਾ ਕੇ ਇਸ ਤਰ੍ਹਾਂ ਦਾ ਪ੍ਰਚਾਰ ਕਰ ਰਿਹਾ, ਬਹੁਤਾ ਕਰ ਰਿਹਾ, ਉਹ ਸਟਾਪ ਕਰੇ, ਅਤੇ ਅਸੀਂ ਉਹਨੂੰ ਇਹੀ ਸਪੈਸ਼ਲੀ ਇਹੀ ਕਹਿੰਦੇ ਕਿ ਉਹ ਵਾਪਸ ਆਪਣੇ ਕੰਟਰੀ ਜਾ ਕੇ ਆਪਣਾ ਕੰਮ ਕਰੇ। ਅਤੇ ਸਾਰਿਆਂ ਦਾ ਧੰਨਵਾਦ ਅਤੇ ਥੈਂਕ ਯੂ। ਕਰਵਾਈ ਜ਼ਰੂਰ ਕਰਾਂਗੇ ਕਿਉਂਕਿ
ਫੋਰਨ ਦੇ ਵਿੱਚ ਵੀ ਅੱਜ ਕੱਲ੍ਹ ਕ੍ਰਿਸਚਨ ਦਾ ਮਜ਼ਾਕ ਬਣਾਇਆ ਜਾ ਰਿਹਾ। ਮੈਂ ਵੀਡੀਓ ਦੇਖੀ ਸੀ, ਦੋ ਤਿੰਨ ਮੁੰਡੇ ਆ ਉਹ ਪਿੱਛੇ ਯਸ਼ਮੀਸੀ ਦਾ ਗਾਣਾ ਲਾ ਕੇ ਉਹਨੂੰ ਹਾਰ 'ਚ ਸਿੱਟੀ ਜਾ ਰਹੇ। ਸੋ ਅਸੀਂ ਇਹੀ ਕਹਿਣਾ ਚਾਹੁੰਦੇ ਹਾਂ ਕਿ ਜਿੰਨੇ ਵੀ ਸ਼ਰਾਰਤੀ ਅਨਸਰ ਆ ਤੁਸੀਂ ਸੁਧਰ ਜਾਓ, ਨਹੀਂ ਤਾਂ ਅਸੀਂ ਜਦ ਐਕਸ਼ਨ ਲਿਆ ਤੁਹਾਡੇ 'ਤੇ ਬੁਰਾ ਨਾ ਵਰਤ ਆਵੇ, ਕਿਉਂਕਿ ਅਸੀਂ ਕਿਸੇ ਦਾ ਵੀ ਮਾੜਾ ਨਹੀਂ ਚਾਹੁੰਦੇ। ਅਸੀਂ ਸਭ ਨੂੰ ਪਿਆਰ ਕਰਦੇ ਹਾਂ, ਅਸੀਂ ਆਪਣੀ ਅੰਕੁਰੂ ਲੀਲਾ ਨਰੂਲਾ ਮਨੀਸ਼ੀ ਦੇ ਨਾਲ ਖੜ੍ਹੇ ਹਾਂ, ਅਸੀਂ ਸਾਰਿਆਂ ਦੇ ਨਾਲ ਖੜ੍ਹੇ ਹਾਂ। ਪਰ ਜਦ ਸਾਡੀ ਕ੍ਰਿਸਚਨੀ ਕਹੀ ਤਾਂ ਕੋਈ ਨਾ ਲਾਊਗਾ, ਕੋਈ ਬੁਰਾ ਬੋਲੂਗਾ, ਅਸੀਂ ਇਸ ਨੂੰ ਬਰਦਾਸ਼ਤ ਬਿਲਕੁਲ ਵੀ ਨਹੀਂ ਕਰਾਂਗੇ, ਕਿਉਂਕਿ ਜੇ ਤੁਸੀਂ ਨਾ ਚੁੱਪ ਕੀਤੇ ਤਾਂ ਸਾਨੂੰ ਵੀ ਚੁੱਪ ਰਹਿਣਾ ਨਹੀਂ ਆਉਂਦਾ, ਅਸੀਂ ਪੂਰਾ ਐਕਸ਼ਨ ਲਵਾਂਗੇ। ਸਰਕਾਰ ਸਾਡੇ ਨਾਲ ਆ, ਆਲ ਵਰਲਡ ਦੀ ਸਰਕਾਰ ਸਾਡੇ ਨਾਲ ਆ, ਕਿਉਂਕਿ ਪਰਮੇਸ਼ਰ ਦਾ ਹੱਥ ਸਾਡੇ ਦੇ ਸਿਰ ਦੇ ਉੱਤੇ ਆ। ਸੋ ਮੈਂ ਇਹ ਕਹਿ ਰਿਹਾ ਕਿ ਤੂੰ ਮਾਫ਼ੀ ਮੰਗ, ਨਹੀਂ ਤਾਂ ਇਹ ਨਾ ਹੋਵੇ ਕਿ ਪਰਮੇਸ਼ਰ ਦਾ ਹੱਥ ਕ੍ਰੋਧ ਵਾਲਾ ਤੇਰੇ ਸਿਰ 'ਤੇ ਆਵੇ। ਸੋ ਸਾਰੇ ਜੈਮਸੀ ਜੀ, ਹਾਲੇਲੂਯਾ, 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 ਸਾਰੇ ਜੈਮਸੀ ਹਾਲੇਲੂਯਾ, ਪ੍ਰੇਜ਼ ਦਾ ਲੋਰਡ। ਤੁਸੀਂ ਸੁਣਿਆ ਵੀਡੀਓ ਦੇ ਵਿੱਚ ਕਿ ਜੋ ਕਿ ਯੂ ਐੱਸ ਏ ਤੋਂ ਜੋ ਕਿ ਇੰਡੀਆ ਅੰਬੈਸੀ ਦੇ ਵਿੱਚ ਜੋ ਕਿ ਯੂ ਐੱਸ ਏ ਦੇ ਲੋਕ ਲਾਈਵ ਹੋ ਕੇ ਅੱਜ ਬਾਬੇ ਗੁਰਪ੍ਰੀਤ ਦੇ ਖਿਲਾਫ ਰੋਸ ਪੈਦਾ ਕਰ ਰਹੇ ਨੇ, ਔਰ ਉਹਨਾਂ ਨੇ ਬਾਬੇ ਗੁਰਪ੍ਰੀਤ ਦੇ ਖਿਲਾਫ ਪੰਜਾਬ ਦੀ ਸਰਕਾਰ ਨੂੰ ਜਲਦ ਤੋਂ ਜਲਦ ਕਾਰਵਾਈ ਕਰਨ ਨੂੰ ਕਿਹਾ, ਔਰ ਉਹਨਾਂ ਨੇ ਕਿਹਾ ਕਿ ਜੇਕਰ ਪੰਜਾਬ ਦੀ ਸਰਕਾਰ ਜਲਦ ਤੋਂ ਜਲਦ ਉਹਨਾਂ ਦੀ ਕਾਰਵਾਈ ਨਹੀਂ ਕਰੇਗੀ ਤਾਂ ਉਹ ਇੱਥੋਂ ਹੀ ਜੋ ਕਿ ਕਾਰਵਾਈ ਕਰਾ ਕੇ ਪੂਰਾ ਪਤਾ ਕਰਾਉਣਗੇ ਕਿ ਬਾਬਾ ਗੁਰਪ੍ਰੀਤ ਜੋ ਕਿ ਯੂ ਐੱਸ ਏ ਤੋਂ ਜਾ ਕੇ ਪੰਜਾਬ ਦੇ ਪਾਸਟਰਾਂ ਦੇ ਖਿਲਾਫ ਪੰਜਾਬ ਦੇ ਮਸੀਹਾਂ ਦੇ ਖਿਲਾਫ ਕਿਉਂ ਬੋਲ ਰਿਹਾ, ਔਰ ਉਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕਰਾਈ ਜਾਏਗੀ। ਹਾਲੇਲੂਯਾ। ਔਰ ਤੁਸੀਂ ਦੇਖਦੇ ਹੋ ਕਿ ਹਮੇਸ਼ਾ ਹੀ ਪਰਮੇਸ਼ੁਰ ਜਦੋਂ ਪਰਮੇਸ਼ੁਰ ਦੇ ਖਿਲਾਫ ਕੋਈ ਬੋਲਦਾ ਤਾਂ ਪਰਮੇਸ਼ੁਰ ਉਹਨਾਂ ਦਾ ਨਿਆਂ ਕਰਦਾ, ਔਰ ਖੁਦ ਜੋ ਕਿ ਯੂ ਐੱਸ ਏ ਦੇ ਲੋਕ ਜੋ ਕਿ ਯੂ ਐੱਸ ਏ ਦੇ ਮਸੀਹ ਲੋਕ ਜੋ ਕਿ ਕਲੀਸੀਆ ਅੱਜ ਬਾਬੇ ਗੁਰਪ੍ਰੀਤ ਦੇ ਖਿਲਾਫ ਲਾਈਵ ਹੋ ਕੇ ਜੋ ਕਿ ਵੀਡੀਓ ਬਣਾ ਰਹੀ ਆ, ਔਰ ਇਹ ਇੱਕ ਸਬੂਤ ਹੈ ਪਰਮੇਸ਼ੁਰ ਜ਼ਿੰਦਾ ਜਾਗਦਾ ਖੁਦਾ ਆ। ਹਾਲੇਲੂਯਾ। ਔਰ ਵੀਡੀਓ ਨੂੰ ਸ਼ੇਅਰ ਜ਼ਰੂਰ ਕਰੋ। ਗੋਡ ਬਲੈਸ ਯੂ। ਪਰਮੇਸ਼ੁਰ ਤੁਹਾਨੂੰ ਬਲੈਸ ਕਰੇ।